ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਫਰੰਟਲਾਈਨ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਅਸੀਂ ਹਾਜ਼ਰ ਹੋਏ ਹਾਂ ਤੁਹਾਡੇ ਲਈ ਲੈ ਕੇ ਮੌਸਮ ਦੀ ਤਾਜ਼ਾ ਜਾਣਕਾਰੀ ਮੌਸਮ ਵਿਭਾਗ ਤੋਂ ਤਾਜ਼ਾ ਜਾਣਕਾਰੀ ਪ੍ਰਾਪਤ ਹੋਈ ਹੈ ਜੀ ਪੰਜਾਬ ਤੇ ਉੱਤਰ ਭਾਰਤ ਦੇ ਸੂਬਿਆਂ ਦੇ ਵਿੱਚ ਜੋ ਮੌਸਮ ਦੇ ਹਾਲਾਤ ਰਹਿਣ ਵਾਲੇ ਆ ਵੱਡੀ ਅਪਡੇਟ ਹੁਣੇ-ਹੁਣੇ ਮਿਲੀ ਹੈ ਮੌਸਮ ਵਿਭਾਗ ਤੋਂ ਸਵੇਰਾਂ ਤੇ ਸ਼ਾਮ ਨੂੰ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਧੁੰਦ ਅਤੇ ਠੰਡ ਦੀ ਲਹਿਰ ਦਾ ਪ੍ਰਭਾਵ ਜਾਰੀ ਹੈ ਦੁਪਹਿਰ ਨੂੰ ਸੂਰਜ ਦੇ ਕਿਰਨਾਂ ਨਾਲ રાહਤ ਮਹਿਸੂਸ ਹੁੰਦੀ ਆ ਪਰ ਠੰਡ ਦੇ ਘਟਣ ਦੀ ਉਮੀਦ ਨਹੀਂ ਹੈ ਆਉਣ ਵਾਲੇ ਦਿਨਾਂ 'ਚ ਠੰਡ ਫਿਰ ਵੱਸ ਸਕਦੀ ਹੈ ਰਾਜਧਾਨੀ ਦਿੱਲੀ ਦੀ ਹਵਾ ਦੀ ਗੁਣਵੱਤਾ ਪਹਿਲਾਂ ਹੀ ਬਹੁਤ ਮਾੜੀ ਸ਼੍ਰਿਆਣੀ 'ਚ ਹੈ ਤੇ ਆਉਣ ਵਾਲੇ ਸਾਲਾਂ 'ਚ ਇਸ ਦੇ ਹੋਰ ਵਿਗੜਨ ਦੀ ਸੰਭਾਵਨਾ ਹੈ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਆਉਣ ਵਾਲੇ 4-5 ਦਿਨਾਂ 'ਚ ਸ਼ਹਿਰ ਦਾ ਤਾਪਮਾਨ ਵੀ ਹੌਲੀ-ਹੌਲੀ ਵਧੇਗਾ ਤਾਂ ਦੋਸਤੋ ਮੌਸਮ ਵਿਭਾ ਤਾਜ਼ਾ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਸ਼ਹਿਰ ਦਿੱਲੀ ਦੀ ਜਿਹੜੀ ਹਵਾ ਗੁਣਵੱਤਾ ਹੈ ਉਹ ਪਹਿਲਾਂ ਨਾਲੋਂ ਵੀ ਮਾੜੀ ਹੋਣ ਦੀ ਸੰਭਾਵਨਾ ਹੈ ਤੇ ਜਿਹੜਾ ਠੰਡ ਦਾ ਕਹਿਰ ਹੈ ਉਸੇ ਤਰ੍ਹਾਂ ਜਾਰੀ ਰਹੇਗਾ ਮਤਰਾਲੀ ਨੇ ਨਾਲ ਇਹ ਵੀ ਕਿਹਾ ਹੈ ਕਿ ਹਵਾ ਦੀ ਰਫਤਾਰ ਹੌਲੀ ਹੋਣ ਕਰਾ ਰਾਜਤਾਨੀ ਸ਼ਾਵਾ ਦੀ ਗੁਣਵੱਤਾ ਜਿਹੜੀ ਹੋਰ ਜ਼ਿਆਦਾ ਵਿਗੜ ਜਾਵੇਗੀ ਹਵਾ ਦੀ ਜਿਹੜੀ ਸਪੀਡ ਹੈ ਉਹ ਕਾਫੀ ਘੱਟ ਹੈ ਜਿਸ ਕਰਕੇ ਹਵਾ ਦਾ ਜਿਹੜਾ ਕੁਆਲਟੀ ਲੈਵਲ ਹੈ ਹੋਰ ਵਿਗੜਨ ਦੀ ਸੰਭਾਵਨਾ ਦਰਸਾਈ ਹੈ ਮੌਸਮ ਵਿਭਾਗ ਵੱਲੋਂ ਹਾਲਾਂਕਿ ਇਸ ਬਹੁਤ ਜ਼ਿਆਦਾ ਖਰਾਬੀ ਨਹੀਂ ਆਵੇਗੀ ਨਾਲ ਦੀ ਨਾਲ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਬਹੁਤ ਜ਼ਿਆਦਾ ਖਰਾਬੀ ਆਉਣ ਦੀ ਸੰਭਾਵਨਾ ਨਹੀਂ ਹੈ ਪਰ ਜੋ ਹਾਲਾਤ ਹੋਣ ਹਨ ਇਦੋਂ ਹਵਾ ਦੀ ਕੁਆਲਿਟੀ ਹੈ ਜਿਹੜਾ ਉਹਦੇ ਵਿਗੜਨ ਦੀ ਸੰਭਾਵਨਾ ਬਣੀ ਹੋਈ ਹੈ ਮੌਸਮ ਵਿਭਾਗ ਦੇ ਅਨੁਸਾਰ ਦਿਨ ਵੇਲੇ ਦਿੱਲੀ ਵਿੱਚ ਵਕਫ-ਵਕਫ ਦਿਸ਼ਾਵਾਂ ਤੋਂ ਹਵਾਵਾਂ ਦੇ ਵਹਿਣ ਦੀ ਗਤੀ ਦਾ ਅਨੁਮਾਨ ਲਗਭਗ 8 ਤੋਂ 12 ਕਿਲੋਮੀਟਰ ਪ੍ਰਤੀ ਘੰਟੇ ਤਰਫਤਾਰ ਨਾਲ ਲਗਾਇਆ ਜਾਂਦਾ ਹੈ ਜਦਕਿ ਰਾਤ ਨੂੰ ਇਹ ਸ਼ਾਂਤ ਹੋ ਜਾਵੇਗੀ ਤਾਂ ਦੋਸਤੋ ਵੱਡੀ ਖਬਰ ਮੌਸਮ ਭਾਗ ਨੂੰ ਆ ਰਹੀ ਹੈ ਠੰਡ ਦਾ ਕਹਿਰ ਹੈ ਜਿਹੜਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਦਿੱਲੀ ਸ਼ਹਿਰ ਦੀ ਹਵਾ ਦੀ ਗੁਣਵੱਤਾ ਹੈ ਜਿਹੜੀ ਕੁਆਲਿਟੀ ਹੈ ਉਸ 'ਤੇ ਜਿਹੜੀ ਖਰਾਬੀ ਹੈ ਹੋਰ ਆਉਣ ਦੀ ਸੰਭਾਵਨਾ ਹੈ ਤੁਸੀਂ ਬਣੇ ਰਹੋ ਫਰੰਟਲਾਈਨ ਪੰਜਾਬ ਦੇ ਨਾਲ ਜਲਦੀ ਮਿਲਦੇ ਹਾਂ ਨਵੀਂ ਤੇ ਤਾਜ਼ਾ ਖਬਰ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ